ਕਿ ਇਹ ਸਿੱਖਾਂ ਨਾਲ ਸਿੱਧੀ ਜਾਤੀ ਹੈ। ਜੇ ਅਸੀਂ ਬਾਰਡਰ 'ਤੇ ਗੋਲੀਆਂ ਛਾਤੀ 'ਚ ਖਾ ਲਈਏ ਤਾਂ ਅਸੀਂ ਦੇਸ਼ ਭਗਤ ਹਾਂ, ਜੇ ਅਸੀਂ ਆਪਣੀ ਹੱਕ ਦੀ ਗੱਲ ਕਰ ਲਈਏ ਤਾਂ ਅਸੀਂ ਖਾਲਿਸਤਾਨੀ ਹਾਂ, ਗੱਦਾਰ ਹਾਂ, ਜੇ ਅਸੀਂ ਦੇਸ਼ ਦਾ ਸਾਰੇ ਦਾ ਅਨਾਜ ਔਰ ਬਾਕੀ ਸਮਾਨ ਨਾਲ ਢਿੱਡ ਭਰ ਦਈਏ ਤਾਂ ਅਸੀਂ ਜੈ ਜਵਾਨ ਜੈ ਕਿਸਾਨ ਹਾਂ, ਜੇ ਅਸੀਂ ਆਪਣੇ ਹੱਕ ਮੰਗ ਲਈਏ ਤਾਂ ਅਸੀਂ ਖਾਲਿਸਤਾਨੀ ਹਾਂ। ਜੇ ਵਰਦੀ ਵਾਲਾ ਸਿੱਖ ਉਹ ਭਾਵੇਂ ਫੌਜੀ ਹੈ ਅਤੇ ਭਾਵੇਂ ਉਹ ਪੁਲਿਸ ਦੇ ਵਿੱਚ ਹੈ, ਮੈਂ ਸਮਝਦਾ ਓਨਰ ਹੈ, ਉਹ ਮੁਲਕ ਦਾ ਵੀ, ਉਹ ਸਟੇਟ ਦਾ ਵੀ, ਆਪਣੇ ਪਰਿਵਾਰ ਦਾ ਵੀ, ਆਪਣੇ ਧਰਮ ਦਾ ਵੀ, ਉਸ ਨੂੰ ਤੁਸੀਂ ਖਾਲਿਸਤਾਨੀ ਆਖਦੇ ਪਏ ਹੋ। ਮੈਂ ਸਮਝਦਾ ਵਾਂ ਕਿ ਸੀਨੀਅਰ ਮੋਸਟ, ਇਹ ਮੇਰੇ ਨੂੰ ਜੋ ਇਨਫੋਰਮੇਸ਼ਨ ਹੈ ਕਿ ਜਿਹੜਾ ਅਧਿਕਾਰੀ ਹੈ, ਜਿਹੜਾ CM ਕੈਂਡੀਡੇਟ ਹੈ, ਉਸਨੇ ਇਹ ਗੱਲ ਆਖੀ ਹੈ। ਔਰ ਅਫਸੋਸ ਦੀ ਗੱਲ ਇਹ ਹੈ ਕਿ ਸਾਡੇ ਸਿੱਖ ਲੀਡਰ ਜਿਹੜੇ ਨੇ ਉਹ ਕਹਿੰਦੇ ਨੇ ਸਬੂਤ ਦਿਓ ਸਾਨੂੰ। ਮਨਜਿੰਦਰ ਸਿੰਘ ਸਿਰਸਾ ਕਹਿੰਦਾ ਸਬੂਤ ਦਿਓ, ਸਬੂਤ ਆ ਗਏ ਨੇ, ਹੁਣ ਸਾਹਮਣੇ ਆ ਗਿਆ, ਉਹਦੇ ਮੂੰਹ 'ਚੋਂ ਇੱਕ ਨੈਸ਼ਨਲ ਚੈਨਲ ਨੇ ਦਿਖਾ ਦਿੱਤਾ ਹੈ ਕਿ ਉਹ ਕਹਿ ਰਿਹਾ ਕਿ ਇਹ ਖਾਲਿਸਤਾਨੀ ਹੈ। ਇਹ ਹੁਣ ਕੀ ਕਰਨਗੇ ਸਾਡੇ ਲੀਡਰ ਜਿਹੜੇ ਗਏ ਨੇ ਉੱਥੇ, ਅਸਤੀਫਾ ਦੇਣਗੇ ਜਾਂ BJP ਦੇ ਅੱਗੇ ਕੁਝ ਬੋਲਣ ਦੀ ਜ਼ਰੂਰਤ ਰੱਖਦੇ ਨੇ? ਉਹਨਾਂ ਨੇ ਪਹਿਲੇ ਵੀ ਤਲਵੇ ਚੱਟੇ, ਹੁਣ ਵੀ ਚੱਟਣਗੇ। ਲੇਕਿਨ BJP ਦੇ ਅਸੀਂ ਸੀਨੀਅਰ ਲੀਡਰਸ਼ਿਪ ਨੂੰ ਆਖਦੇ ਹਾਂ, ਮਿਹਰਬਾਨੀ ਕਰਕੇ ਇਹੋ ਜਿਹੀ ਜਿਹੜੀ ਦਰਾਰ ਪਾਉਣ ਵਾਲੇ ਲੀਡਰ ਬਿਆਨ ਦਿੰਦੇ ਨੇ ਉਹਨਾਂ 'ਤੇ ਐਕਸ਼ਨ ਲਵੇ, ਭਾਵੇਂ ਉਹਦਾ ਰੁਤਬਾ ਜਿੰਨਾ ਮਰਜ਼ੀ ਉੱਚਾ। ਮੈਂ ਸਮਝਦਾ, ਉਹੀ ਕਿਹਾ ਨਾ ਕਿ ਕਦੀ ਮਾਂ ਬਾਦੀ ਅਤੇ ਕਦੀ ਸਵਾਦੀ, ਜੇ ਬਾਰਡਰ 'ਤੇ ਗੋਲੀਆਂ ਖਾਈਏ ਤਾਂ ਸ਼ਹੀਦ, ਜੇ ਅਸੀਂ ਆਪਣੀ ਡਿਊਟੀ ਨਿਭਾ ਰਹੇ ਹੋਈਏ ਜਾਂ ਆਪਣੇ ਹੱਕ ਮੰਗ ਰਹੇ ਹੋਈਏ ਤਾਂ ਅਸੀਂ ਖਾਲਿਸਤਾਨੀ ਹਾਂ। ਉਹ ਭਾਵੇਂ ਕਿਸਾਨ ਹੋਵੇ, ਫੌਜੀ ਹੋਵੇ, ਬਿਜ਼ਨਸਮੈਨ ਹੋਵੇ, ਇਹ ਸਾਨੂੰ ਹਮੇਸ਼ਾ ਟਾਰਗੇਟ ਕੀਤਾ ਜਾਂਦਾ।